ਬਗਦਾਦ ਤੋਂ ਨਾਮ ਸਿਮਰਦੀ ਚੱਲੀ ਗੱਦੀ ਦੇ ਵਾਰਸ ਸ਼੍ਰੀ ਨਾਵ ਕਮਲ ਰਾਜਾ ਸਾਹਿਬ ਜੀ ਨੇ ਜਿਸ ਜਿਸ ਸਥਾਨ ਨੂੰ ਆਪਣੀ ਚਰਨ ਛੋਹ ਦਿੱਤੀ ਅੱਜ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਸ਼ਰਧਾਲੂ ਉਸ ਪਾਵਨ ਅਸਥਾਨ ਨੂੰ ਨਤਮਸਤਕ ਹੋਣਾ ਆਪਣਾ ਸੁਭਾਗ ਸਮਝਦੇ ਹਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਪਿੰਡ ਸੁੱਜੋ ਨੂੰ ਧੰਨ ਧੰਨ ਸ਼੍ਰੀ ਨਾਵ ਕਮਲ ਰਾਜਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਇਸ ਪਿੰਡ ਵਿੱਚ ਸ਼੍ਰੀ ਰਾਜਾ ਸਾਹਿਬ ਨੇ ਕਈ ਵਰੇ ਜਿਸ ਸਥਾਨ ਤੇ ਘੋਰ ਤਪੱਸਿਆ ਕੀਤੀ ਉਸ ਸਥਾਨ ਤੇ ਅੱਜ ਇੱਕ ਅਲੀਸ਼ਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸੁਸ਼ੋਭਿਤ ਹੈ। ਸ਼੍ਰੀ ਨਾਵ ਕਮਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ 21ਵਾਂ ਸਾਲਾਨਾ ਜੋੜ ਮੇਲਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸਭਾ, ਨਗਰ ਨਿਵਾਸੀ ਅਤੇ ਰਾਜਾ ਸਾਹਿਬ ਦੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਬਹੁਤ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਰਾਜਾ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਵੱਖ ਵੱਖ ਪਰਿਵਾਰਾਂ ਵੱਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ 76 ਅਖੰਡ ਪਾਠਾਂ ਦੇ ਭੋਗ ਪਾਏ ਗਏ। ਪ੍ਰਮੁੱਖ ਸ਼ਖਸੀਅਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪੇ ਅਤੇ ਯਾਚਿਨ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਇਸ ਸਾਲ ਤੋਂ ਸ਼ੁਰੂ ਕੀਤੇ ਇੱਕ ਦਿਨਾਂ ਫੁੱਟਬਾਲ ਟੂਰਨਾਮੈਂਟ ਦਾ ਪ੍ਰਬੰਧ ਪਿੰਡ ਸੁੱਜੋ ਦੇ ਯੂਥ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਸ਼ਹੀਦ ਤਰਸੇਮ ਲਾਲ ਯਾਦਗਾਰੀ ਸਟੇਡੀਅਮ ਵਿਖੇ ਕੀਤਾ ਗਿਆ। ਪਿੰਡ ਪੱਧਰ ਦੇ ਮੁਕਾਬਲਿਆਂ ਦੌਰਾਨ ਪਿੰਡ ਕਾਮਾ ਦੀ ਟੀਮ ਨੇ ਸੁੱਜੋ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ, ਜਦੋਂ ਕਿ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਨੇ JCT ਫਗਵਾੜਾ ਦੀ ਟੀਮ ਨੂੰ ਹਰਾਇਆ। ਮੁੱਖ ਮਹਿਮਾਨ ਵਜੋਂ ਪਹੁੰਚੇ ਜਥੇਦਾਰ ਜਗਤੇਸ਼ਵਰ ਸਿੰਘ ਮਜੀਠੀਆ ਨੇ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਫਾਈਨਲ ਮੈਚਾਂ ਦੀ ਸ਼ੁਰੂਆਤ ਕਰਵਾਈ ਅਤੇ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਟਰਾਫੀ ਅਤੇ ਨਗਦ ਇਨਾਮ ਨਾਲ ਨਵਾਜਿਆ। ਭਗਵਾਨ ਗੁਰਦੇਵ ਸਿੰਘ ਚੋਹਰ ਦੀ ਅਗਵਾਈ ਹੇਠ ਪਹੁੰਚੀਆਂ ਸ਼ਖਸੀਅਤਾਂ ਅਤੇ ਸ਼ਹੀਦ ਹੋਏ ਪ੍ਰਦੀਪ ਕੁਮਾਰ, ਸ਼੍ਰੀ ਤਰਸੇਮ ਲਾਲ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਦੇ ਪਰਿਵਾਰਾਂ ਦਾ ਮਾਨ ਸਨਮਾਨ ਕੀਤਾ ਗਿਆ। ਮੰਚ ਸਕੱਤਰ ਦੇ ਅਹਿਮ ਫਰਜ਼ ਸਰਦਾਰ ਅਵਤਾਰ ਸਿੰਘ ਤਾਰੀ ਵੱਲੋਂ ਨਿਭਾਏ ਗਏ। ਸਰਦਾਰ ਬਚਿੱਤਰ ਸਿੰਘ ਸਮੇਤ ਪਿੰਡ ਦੇ ਕਾਫ਼ੀ ਪਤਵੰਤੇ ਸੱਜਣ ਇਸ ਸਮੇਂ ਤੇ ਹਾਜ਼ਰ ਸਨ। ਸ਼੍ਰੀ ਅਖੰਡ ਪਾਠਾਂ ਦੀ ਆਰੰਭਤਾ ਉਪਰੰਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀਆਂ ਦੇ ਵੱਡੀ ਪੱਧਰ ਤੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ ਵੱਖ ਕਬੱਡੀ ਕਲੱਬਾਂ ਅਤੇ ਪਿੰਡਾਂ ਦੀਆਂ ਕਬੱਡੀ ਟੀਮਾਂ ਨੇ ਆਪੋ ਆਪਣੀ ਕਲਾ ਦੇ ਜੌਹਰ ਦਿਖਾਏ। ਇਹਨਾਂ ਟੀਮਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਪ੍ਰਾਪਤ ਕੀਤੇ ਜਾਣ ਵਾਲੇ ਅੰਕਾਂ ਦਾ ਹਿਸਾਬ ਰੱਖਣ ਦੀ ਜ਼ਿੰਮੇਵਾਰੀ ਸਰਦਾਰ ਜੋਗਿੰਦਰ ਸਿੰਘ ਟੇਸੀ ਅਤੇ ਉਸਦੇ ਸਾਥੀਆਂ ਨੇ ਪੂਰੀ ਤਨਦੇਹੀ ਨਾਲ ਨਿਭਾਈ। ਰੈਫਰੀ ਸਾਹਿਬਾਨਾਂ ਦੀ ਜ਼ਿੰਮੇਵਾਰੀ ਸਰਦਾਰ ਚੈਂਚਲ ਸਿੰਘ, ਨਰਿੰਦਰ ਸਿੰਘ ਰੰਧਾਵਾ, ਸੁੱਚਾ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ ਪੱਟੀ ਅਤੇ ਬਲਦੇਵ ਸਿੰਘ ਨੇ ਬਾਕਮਾਲ ਢੰਗ ਨਾਲ ਨਿਭਾਈ। ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ, ਦਰਸ਼ਕਾਂ ਨੂੰ ਭਰਵੀਂ ਦਾਤ ਦੇਣ ਅਤੇ ਮੈਚ ਦਾ ਹਰ ਪਲ ਰੋਚਕ ਬਣਾਉਣ ਲਈ ਸਰਦਾਰ ਮਨਜੀਤ ਸਿੰਘ ਕੰਗ ਨੇ ਵਧੀਆ ਰੋਲ ਅਦਾ ਕੀਤਾ। ਪ੍ਰਬੰਧਕਾਂ, NRI ਵੀਰਾਂ ਅਤੇ ਹੋਰ ਪ੍ਰਮੁੱਖ ਸਹਿਯੋਗੀਆਂ ਨੇ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਯਾਦਗਾਰੀ ਫੋਟੋ ਖਿਚਵਾਉਣ ਤੋਂ ਬਾਅਦ ਮੈਚ ਸ਼ੁਰੂ ਕਰਵਾਏ। ਖੇਡ ਮੇਲੇ ਦੇ ਮੁੱਖ ਪ੍ਰਬੰਧਕਾਂ ਨੇ ਆਪਣੇ ਸੁਹਿਰਦ ਸਹਿਯੋਗੀਆਂ ਅਤੇ NRI ਵੀਰਾਂ ਨੂੰ ਸਤਿਕਾਰ ਸਹਿਤ ਮੰਚ 'ਤੇ ਬਿਠਾਇਆ ਹੋਇਆ ਸੀ, ਜਿਨ੍ਹਾਂ ਨੇ ਪੂਰਾ ਸਮਾਂ ਕਬੱਡੀ ਮੈਚਾਂ ਦਾ ਆਨੰਦ ਮਾਣਿਆ। ਸਭ ਜਾਣਦੇ ਨੇ ਕਿ ਪੰਜਾਬ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ, ਜਿਸ ਲਈ ਕੋਈ ਵੀ ਧਿਰ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ। ਸਭ ਇੱਕ ਦੂਸਰੇ ਨੂੰ ਕੋਸਦੇ ਹਨ, ਪਰ ਜੋ ਨਸ਼ਿਆਂ ਦੇ ਇਸ 6ਵੇਂ ਦਰਿਆ ਵਿੱਚ ਚੁੱਭੀ ਲਗਾਉਣ ਤੋਂ ਆਪਣੇ ਆਪ ਨੂੰ ਬਚਾ ਲੈਂਦਾ ਹੈ, ਉਹ ਅੱਜ ਵੀ ਆਪਣੀ ਮਾਂ ਖੇਡ ਕਬੱਡੀ ਰਾਹੀਂ ਹੈਰਾਨੀਜਨਕ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਕਰ ਵਿਖਾਇਆ ਇਸੇ ਪਿੰਡ ਦੇ ਗੁਰਸਿੱਖ ਤੇ ਵਿਰੋਧੀ ਟੀਮ ਦੇ ਖਿਡਾਰੀਆਂ ਨੇ, ਜਿਨ੍ਹਾਂ ਨੂੰ ਦਰਸ਼ਕਾਂ ਨੇ ਢੇਰ ਸਾਰੇ ਇਨਾਮਾਂ ਨਾਲ ਨਿਵਾਜਿਆ। ਫਾਈਨਲ ਮੈਚ ਸੋਸਪੁਰ ਕਬੱਡੀ ਕਲੱਬ ਲੁਧਿਆਣਾ ਅਤੇ ਸ਼੍ਰੀ ਹਰਗੋਬਿੰਦ ਸਾਹਿਬ ਕਬੱਡੀ ਕਲੱਬ ਹੁਸ਼ਿਆਰਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਸਖ਼ਤ ਮੁਕਾਬਲੇ ਦੌਰਾਨ ਸੋਸਪੁਰ ਦੀ ਟੀਮ ਜੇਤੂ ਅਤੇ ਹੁਸ਼ਿਆਰਪੁਰ ਦੀ ਟੀਮ ਉਪ ਜੇਤੂ ਰਹੀ।
जिन्हां नूं सरदार बचित्तर सिंह मुख सेवादार कमेटी गुरद्वारा बंगला साहिब दे परिवार वल्लों वड्डी राशि दे नगद इनामां नाल नवाजिया गया। इस सेवा विच सरदार बलवीर सिंह अते सरदार परमजीत सिंह वल्लों अहम योगदान पाया गया। हजारां दी गिनती विच पहुंचे दर्शकां दे सामने प्रबंधकां वल्लों जेतू अते उप जेतू टीमां दे नाल नाल NRI वीरां नूं भी सन्मानित कीता गया। हजारां दी गिनती विच दर्शक हर साल इस चार दिना धार्मिक समागम अते खेड मेले दा पूरा पूरा आनंद मानदे हन, जिन्हां विच वड्डी गिनती महिला दर्शकां दी भी हुंदी है। समागम दे दूसरे दिन जुगो जुग अटल साहिब श्री गुरु ग्रंथ साहिब जी दी सरप्रस्ती हेठ सजाए नगर कीर्तन दा जलो देख्या ही बनदा सी। श्री गुरु ग्रंथ साहिब जी नूं फुल्लां नाल शिंगारी एक खूबसूरत गड्डी विच सुशोभित कीता गया सी। पंज प्यारे पंज निशानचियां समेत इस अलौकिक नगर कीर्तन दी अगवाही कर रहे सन, जिस दे अगे अगे गतका पार्टियां अपनी कला दे जौहर दिखा रहियां सन। बैंड बाजे दियां मधुर धुनां नाल संगीतमई माहौल सिरजन विच बच्चां दी बैंड पार्टी ने भी पूरा सहयोग पाया। धार्मिक दीवाना समय वक् वक् ढाडी अते रागी जथियां ने राजा साहिब दे जीवन फलसफे नूं अपने अपने ढंग नाल पेश कीता। वक् वक् पड़ावां ते मोहल्ला निवासियां वल्लों जिथे संगतां लई फल चाह अते पकौड़ियां दा लंगर वरताया गया, उत्थे नगर कीर्तन दे स्वागत लई शानदार स्वागती गेट भी बनाए गए। इस स्थान दे मुख सेवादारां अते सहयोगियां ने नगर कीर्तन दी दिख नूं चार चन्न लगाउण लई कोई कसर बाकी ना रहन दित्ती अते इलाके भर दी संगत ने नगर कीर्तन विच शमूलियत कीती। अगले दिन जुगो जुग अटल साहिब श्री गुरु ग्रंथ साहिब जी दी बाणी दे अखंड पाठां दे भोग पाए गए अते इन्हां पाठां दी सेवा नाल जुड़े परिवारां दा सिरोपे अते याचिन दे के मान सम्मान कीता गया। पहुंची संगत ने श्री गुरु ग्रंथ साहिब जी अगे नतमस्तक हो के उस अकाल पुरख दा आशीर्वाद प्राप्त कीता। इस मौके श्री मोहन सिंह हलका विधायक बंगा भी हाजिर होए, जिन्हां दा प्रबंधकां वल्लों मान सम्मान कीता गया। धार्मिक दीवाना दी शुरुआत भाई रविंदर सिंह मुख ग्रंथी गुरुद्वारा श्री सिंह सभा सूजो अते भाई मलकीत सिंह दे जथियां वल्लों गुरबाणी कीर्तन राही कीती गई। ਟਾਡੀ ਪ੍ਰਿਤਪਾਲ ਸਿੰਘ ਬੈਂਸ ਦੇ ਟਾਡੀ ਜਥੇ ਵੱਲੋਂ ਸ਼੍ਰੀ ਨਾਵ ਕਮਲ ਰਾਜਾ ਸਾਹਿਬ ਜੀ ਦੀ ਉਸਤਤੀ ਵਿੱਚ ਪੇਸ਼ ਕੀਤੀਆਂ ਵਾਰਾਂ ਨੂੰ ਲੋਕ ਚਿਰਾਂ ਤੱਕ ਯਾਦ ਰੱਖਣਗੇ। ਭਾਈ ਗੁਰਚੈਨ ਸਿੰਘ ਬੰਗਾ ਦੇ ਕੀਰਤਨੀ ਜਥੇ ਵੱਲੋਂ ਵੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਸਰਸ਼ਾਰ ਕੀਤਾ ਗਿਆ। ਕਵੀਸ਼ਰ ਸਰੂਪ ਸਿੰਘ ਸੂਰਵੀਨ ਦੇ ਜਥੇ ਨੇ ਨੌਜਵਾਨ ਪੀੜ੍ਹੀ ਵੱਲੋਂ ਪਰਨਾਈ ਨਸ਼ਿਆਂ ਦੀ ਲੱਤ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਗੁਰਬਾਣੀ ਦੇ ਫਲਸਫੇ ਨੂੰ ਕਵਿਸ਼ਰੀ ਕਲਾ ਰਾਹੀਂ ਸਮਝਾਉਂਦੇ ਹੋਏ ਸਾਦਾ ਅਤੇ ਸੱਚਾ ਜੀਵਨ ਬਤੀਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਪਿੰਡ ਦੀ ਬੱਚੀ ਪਰਮਜੀਤ ਕੌਰ ਨੇ ਆਪਣੀ ਪੜ੍ਹਾਈ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਗਾਤਾਰ 3 ਸਾਲ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ, ਜਿਸ ਲਈ ਗੁਰਦੁਆਰਾ ਬੰਗਲਾ ਸਾਹਿਬ ਦੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਲਤਾਨਪੁਰ ਲੋਧੀ ਦੀਆਂ ਬੀਬੀਆਂ ਦੇ ਢਾਡੀ ਜਥੇ ਵੱਲੋਂ ਬੀਬੀ ਜਸਵੀਰ ਕੌਰ ਦੀ ਰਹਿਨਮਾਈ ਹੇਠ ਰਾਜਾ ਸਾਹਿਬ ਜੀ ਦੇ ਗੁਣਗਾਨ ਤੋਂ ਇਲਾਵਾ ਭਰੂਣ ਹੱਤਿਆ ਖਿਲਾਫ ਦਿਲ ਦਹਿਲਾ ਦੇਣ ਵਾਲੀਆਂ ਵਾਰਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸੰਗਤਾਂ ਵੱਲੋਂ ਬਹੁਤ ਹੀ ਸਲਾਹਿਆ ਗਿਆ। ਸੰਤ ਬਾਬਾ ਲਾਭ ਸਿੰਘ ਜੀ ਮੁੱਖ ਸੇਵਾਦਾਰ ਕਿਲ੍ਹਾ ਆਨੰਦਗੜ੍ਹ ਵਾਲਿਆਂ ਨੇ ਲੰਬਾ ਸਮਾਂ ਕੀਰਤਨ ਸਰਵਣ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਕੀਤਾ ਗਿਆ। ਬੀਬੀ ਇੰਦਰਪ੍ਰੀਤ ਕੌਰ ਅਤੇ ਸਾਥਣਾਂ ਨੇ ਸ਼ਬਦ ਕੀਰਤਨ ਰਾਹੀਂ ਅਲੌਕਿਕ ਮਾਹੌਲ ਸਿਰਜਿਆ ਅਤੇ ਪ੍ਰਬੰਧਕਾਂ ਵੱਲੋਂ ਭੇਂਟ ਕੀਤਾ ਮਾਨ ਸਨਮਾਨ ਪ੍ਰਾਪਤ ਕੀਤਾ। ਪ੍ਰਬੰਧਕ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ ਨੇ ਕੋਈ 1.5 ਘੰਟੇ ਤੱਕ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਵੀਰਸੀ ਮਾਹੌਲ ਸਿਰਜਿਆ। ਜਥੇਦਾਰ ਸੁਖਦੇਵ ਸਿੰਘ ਪੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰੂ ਸਾਹਿਬਾਨਾਂ ਦੇ ਗੌਰਵਮਈ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਪ੍ਰਾਣੀ ਨੂੰ ਆਪਣਾ ਜੀਵਨ ਸਮਾਜ ਸੇਵਾ ਲਈ ਅਰਪਿਤ ਕਰਨ ਹਿੱਤ ਪ੍ਰੇਰਿਆ ਗਿਆ। ਇਸ ਕਮੇਟੀ ਨਾਲ ਵਾਪਸਤਾ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨਵਾਂ ਸ਼ਹਿਰ ਨੇ ਵੀ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਗਵਾਈ। ਸ਼੍ਰੀਮਤੀ ਗੁਰੂ ਇਕਬਾਲ ਕੌਰ ਬਬਲੀ ਹਲਕਾ ਵਿਧਾਇਕ ਨਵਾਂ ਸ਼ਹਿਰ ਵੀ ਆਪਣੇ ਸਾਥੀਆਂ ਸਮੇਤ ਸਮਾਗਮ ਵਿੱਚ ਪਹੁੰਚੇ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਪਿੰਡ ਦੇ ਅਧੂਰੇ ਪਏ ਕੰਮਾਂ ਲਈ ਮਾਲੀ ਮਦਦ ਦੇਣ ਦਾ ਐਲਾਨ ਕੀਤਾ।
ਭਾਈ ਜਸਵੰਤ ਸਿੰਘ ਇਸ ਪਾਵਨ ਅਸਥਾਨ ਦੀ ਪਾਈ ਪਾਈ ਦਾ ਹਿਸਾਬ ਰੱਖਣ ਦੀ ਸੇਵਾ ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਹਨ। ਬਲੱਡ ਡੋਨਰਜ਼ ਕੌਂਸਲ ਸ਼ਹੀਦ ਭਗਤ ਸਿੰਘ ਨਗਰ ਵੱਲੋਂ 8ਵਾਂ ਖੂਨਦਾਨ ਕੈਂਪ ਲਗਾ ਕੇ 36 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਦਾ ਉਦਘਾਟਨ ਡਾਕਟਰ ਗੌਰਵ ਕੁਮਾਰ ਗੁਰੂ ਨਾਨਕ ਮਿਸ਼ਨ ਸਿਹਤ ਕੇਂਦਰ ਟਾਹਾਂ ਕਲੇਰਾਂ ਵਾਲਿਆਂ ਨੇ ਕੀਤਾ। ਖੂਨਦਾਨੀਆਂ ਨੂੰ ਦੁੱਧ ਅਤੇ ਫਲ ਵੰਡੇ ਗਏ। ਡਾਕਟਰ ਅਸ਼ੋਕ ਸੂਦ ਦੀ ਅਗਵਾਈ ਵਿੱਚ ਲੱਗੇ ਇਸ ਖੂਨਦਾਨ ਕੈਂਪ ਵਿੱਚ ਮੈਨੇਜਰ ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਨੇ ਪ੍ਰਬੰਧਕਾਂ ਸਮੇਤ ਅਹਿਮ ਯੋਗਦਾਨ ਪਾਇਆ। ਇਸ ਮੌਕੇ ਤੇ ਡਾਕਟਰ ਗੌਰਵ ਕੁਮਾਰ ਜੀ ਦਾ ਬੰਦਾ ਮਾਨ ਸਨਮਾਨ ਕੀਤਾ ਗਿਆ। ਇਸੇ ਦਿਨ ਦੇ ਧਾਰਮਿਕ ਦੀਵਾਨਾਂ ਵਿੱਚ ਭਾਈ ਸਤਨਾਮ ਸਿੰਘ ਹਜ਼ੂਰੀ ਕੀਰਤਨੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੱਲੋਂ ਕੋਈ 1 ਘੰਟੇ ਤੱਕ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤ ਸਤਨਾਮ ਸਿੰਘ ਮਾਜ਼ਰੀ ਅਤੇ ਸੰਤ ਪਾਟੇ ਵਾਲਿਆਂ ਨੇ ਅਨੇਕ ਹੋਰ ਨਾਮੀ ਹਸਤੀਆਂ ਸਮੇਤ ਸਮਾਗਮ ਦੇ ਚਾਰੋਂ ਦਿਨ ਹਾਜ਼ਰੀ ਭਰੀ। ਜਲ ਛਕਾਉਣ ਦੀ ਸੇਵਾ ਨੂੰ ਬਹੁਤ ਉੱਤਮ ਦਰਜਾ ਦਿੱਤਾ ਜਾਂਦਾ ਹੈ, ਜਿਸ ਨੂੰ ਸੇਵਾਦਾਰਾਂ ਵੱਲੋਂ 4 ਦਿਨ ਲਗਾਤਾਰ ਬਹੁਤ ਹੀ ਨਿਮਰਤਾ ਨਾਲ ਨਿਭਾਇਆ ਗਿਆ। ਇਸ ਵਾਰ ਉਚੇਚੇ ਤੌਰ ਤੇ ਠੰਡੇ ਸੋਡੇ ਦੀ ਛਬੀਲ ਵਿਦੇਸ਼ੀ ਭਰਾਵਾਂ ਵੱਲੋਂ ਲਗਾਈ ਗਈ। ਛਿੰਜ ਮੇਲੇ ਦੌਰਾਨ ਪਟਕੇ ਦੀ 2 ਨੰਬਰ ਦੀ ਕੁਸ਼ਤੀ ਬਲਕਾਰ ਲੱਲੀਆਂ ਅਤੇ ਪਰਮਿੰਦਰ ਆਲਮਗੀਰ ਵਿਚਕਾਰ ਹੋਈ, ਜੋ ਕਿ ਲੰਬੇ ਸੰਘਰਸ਼ ਤੋਂ ਬਾਅਦ ਬਰਾਬਰੀ ਤੇ ਸਮਾਪਤ ਹੋਈ। 1 ਨੰਬਰ ਦੀ ਕੁਸ਼ਤੀ ਤੋਂ ਪਹਿਲਾਂ ਪਹਿਲਵਾਨਾਂ ਵੱਲੋਂ ਕਮੇਟੀ ਮੈਂਬਰਾਂ ਨਾਲ ਪਿੜ ਦਾ ਚੰਡੀ ਗੇੜਾ ਲਗਾਇਆ ਗਿਆ, ਜਿਸ ਦੌਰਾਨ ਲੋਕਾਂ ਵੱਲੋਂ ਪਹਿਲਵਾਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਸਮਾਗਮ ਦੇ ਆਖਰੀ ਦਿਨ ਛਿੰਜ ਮੇਲੇ ਦੀਆਂ ਵੱਡੀਆਂ ਕੁਸ਼ਤੀਆਂ ਵਿੱਚ ਪਟਕੇ ਦੀ 1 ਨੰਬਰ ਦੀ ਕੁਸ਼ਤੀ ਸੰਨੀ ਲੱਲੀਆਂ ਅਤੇ ਅਨੂਪ ਚੱਕਦਾਨਾ ਵਿਚਕਾਰ ਹੋਈ, ਜਿਸ ਵਿੱਚ ਸੰਨੀ ਲੱਲੀਆਂ ਨੇ ਜਿੱਤ ਦਰਜ ਕੀਤੀ। ਇਹਨਾਂ ਪਹਿਲਵਾਨਾਂ ਲਈ ਨਗਦ ਇਨਾਮ ਸੰਤੋਖ ਸਿੰਘ ਚੌਹੜ, ਸਰਦਾਰ ਗੁਰਦੇਵ ਸਿੰਘ ਚੌਹੜ, ਰਘਵੀਰ ਸਿੰਘ ਅਤੇ ਹਰਜੀਤ ਸਿੰਘ ਚੌਹੜ ਵੱਲੋਂ ਦਿੱਤਾ ਗਿਆ। ਇਸ ਕੁਸ਼ਤੀ ਦੀ ਸ਼ੁਰੂਆਤ ਸ਼੍ਰੀ ਜਗਤੇਸ਼ਵਰ ਸਿੰਘ ਮਜੀਠੀਆ ਵੱਲੋਂ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਕਰਵਾਈ ਗਈ। ਇਸੇ ਦਿਨ ਸਰਦਾਰ ਗੁਰਦੇਵ ਸਿੰਘ ਚੌਹੜ ਦੀ ਰਹਿਨਮਾਈ ਹੇਠ ਸਰਦਾਰ ਸੰਤੋਖ ਸਿੰਘ ਚੌਹੜ ਅਤੇ ਮਾਤਾ ਸਵਰਨ ਕੌਰ ਚੌਹੜ ਦੀ ਯਾਦ ਵਿੱਚ ਯੂਥ ਸਪੋਰਟਸ ਕਲੱਬ ਸੁੱਜੋ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਨੂੰ ਧੰਨ ਧੰਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਮੁਫ਼ਤ ਸੇਵਾ ਪ੍ਰਦਾਨ ਕਰਨ ਲਈ ਐਂਬੂਲੈਂਸ ਭੇਟ ਕੀਤੀ ਗਈ, ਜਿਸ ਦਾ ਉਦਘਾਟਨ ਸਰਦਾਰ ਜਗਤੇਸ਼ਵਰ ਸਿੰਘ ਮਜੀਠੀਆ ਵੱਲੋਂ ਕੀਤਾ ਗਿਆ। ਸਮੁੱਚੇ 4 ਦਿਨਾਂ ਸਮਾਗਮ ਦਾ ਵੱਡਾ ਹਿੱਸਾ ਪ੍ਰਧਾਨ ਸਰਦਾਰ ਬਚਿੱਤਰ ਸਿੰਘ ਜੀ ਦੇ ਪਰਿਵਾਰ ਵੱਲੋਂ ਸਰਦਾਰ ਪਰਮਜੀਤ ਸਿੰਘ ਅਤੇ ਬਲਵੀਰ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਦਿੱਤਾ ਗਿਆ। 2 ਨੰਬਰ ਦੀ ਕੁਸ਼ਤੀ ਗੁਰਵਿੰਦਰ ਲੱਲੀਆਂ ਅਤੇ ਪਹਿਲਵਾਨ ਰਫੀ ਲੁਧਿਆਣਾ ਵਿਚਕਾਰ ਹੋਈ ਅਤੇ 3 ਨੰਬਰ ਦੀ ਕੁਸ਼ਤੀ ਗੋਲਾ ਲੱਲੀਆਂ ਅਤੇ ਰਾਜੂ ਸਿਰਸਾ ਦਰਮਿਆਨ ਅੰਤ ਵਿੱਚ ਬਰਾਬਰ ਰਹੀ, ਜਿਸ ਦੀ ਸ਼ੁਰੂਆਤ ਪ੍ਰਬੰਧਕਾਂ ਵੱਲੋਂ ਕਰਵਾਈ ਗਈ। ਜੋੜ ਮੇਲੇ ਦੇ ਆਖਰੀ ਦਿਨ ਤੱਕ ਗੁਰੂ ਕਾ ਲੰਗਰ ਸੇਵਾਦਾਰਾਂ ਵੱਲੋਂ ਅਤੁੱਟ ਵਰਤਾਇਆ ਗਿਆ। ਹਜ਼ਾਰਾਂ ਦੀ ਸੰਖਿਆ ਵਿੱਚ ਮਹਿਲਾਵਾਂ ਤੇ ਪੁਰਸ਼ ਇਸ ਨਾਮੀ ਦੰਗਲ ਨੂੰ ਦੇਖਣ ਲਈ ਪੁੱਜੇ ਹੋਏ ਸਨ। ਮੇਲੇ ਵਿੱਚ ਸਰਦਾਰ ਬਚਿੱਤਰ ਸਿੰਘ, ਸਰਦਾਰ ਤਾਰਾ ਸਿੰਘ ਸੈਕਟਰੀ, ਧਰਮਚੰਦ ਨੰਬਰਦਾਰ, ਬਲਵੀਰ ਸਿੰਘ ਗਹੁਣੀਆ, ਜੋਰਾ ਸਿੰਘ, ਸਰਦਾਰ ਦਰਸ਼ਨ ਸਿੰਘ ਪਿੰਕਾ, ਸਰਦਾਰ ਜੀਤ ਸਿੰਘ, ਹਰਜੀਤ ਸਿੰਘ ਪੱਟੀ, ਅਵਤਾਰ ਸਿੰਘ ਗੋਬਿੰਦਪੁਰੀ, ਸਤਵੀਰ ਸਿੰਘ ਪੱਲੀ ਚਿੱਕੀ, ਤਰਸੇਮ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਦਾਨੀ, ਗ੍ਰਾਮ ਪੰਚਾਇਤ ਸੁੱਜੋ, ਯੂਥ ਸਪੋਰਟਸ ਕਲੱਬ ਸੁੱਜੋ ਅਤੇ ਸਮੁੱਚੇ ਇਲਾਕੇ ਨੇ ਭਰਪੂਰ ਯੋਗਦਾਨ ਪਾਇਆ। ਸਾਰੇ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਨਗਦ ਰਾਸ਼ੀ ਦੇ ਕੇ ਸਨਮਾਨਿਆ ਗਿਆ। ਇਸ ਯਾਦਗਾਰੀ ਸਾਲਾਨਾ ਸਮਾਗਮ ਦੇ ਅੰਤ ਵਿੱਚ ਸਮੂਹ ਸੰਗਤ, ਇਲਾਕਾ ਨਿਵਾਸੀਆਂ, ਰਾਜਾ ਸਾਹਿਬ ਜੀ ਦੇ ਸ਼ਰਧਾਲੂਆਂ, ਸੇਵਕਾਂ, ਦਾਨੀਆਂ, ਗ੍ਰਾਮ ਪੰਚਾਇਤ, NRI ਪਰਿਵਾਰਾਂ ਅਤੇ ਪਿਛਲੇ 1 ਮਹੀਨੇ ਤੋਂ ਦਿਨ ਰਾਤ 1-1 ਕਰਕੇ ਸਹਿਯੋਗ ਦੇ ਰਹੇ ਹਰ ਮਾਈ ਭਾਈ ਦਾ ਮਾਣ ਸਤਿਕਾਰ ਤੇ ਧੰਨਵਾਦ ਕੀਤਾ ਗਿਆ। ਧੰਨ ਧੰਨ ਰਾਜਾ ਸਾਹਿਬ ਜੀ ਦਾ 21ਵਾਂ ਸਾਲਾਨਾ ਸਮਾਗਮ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਵਾਰ ਯੂਥ ਸਪੋਰਟਸ ਕਲੱਬ ਸੁੱਜੋ ਵੱਲੋਂ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਪਹਿਲਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਹੈ, ਜਿਸ ਵਿੱਚ ਟੀਮਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸਾਧ ਸੰਗਤ, ਗ੍ਰਾਮ ਪੰਚਾਇਤ ਵੱਲੋਂ ਸਾਰੀ ਸਾਧ ਸੰਗਤ ਅਤੇ ਦੇਸ਼ਾਂ ਵਿਦੇਸ਼ਾਂ ਤੋਂ NRI ਸੰਗਤ ਅਤੇ ਆਪਣੇ ਸਹਿਯੋਗੀ ਵੀਰਾਂ ਦਾ
जिन्हां जिन्हां ने भी जिहड़ी जिहड़ी सेवा कीती उन्हां दा बहुत बहुत धन्नवाद करदा हाँ।